ਪੰਜਾਬ ਸਰਕਾਰ ਮੁਰਦਾਬਾਦ। ਵੋਟਾਂ ਮੰਗਣ ਆਉਣ ਗਦਾਰ, ਮੋਹਰਾਂ ਚੁੱਕੀਆਂ ਕੱਢੋ। ਮੇਰਾ ਨਾਂ ਰੇਸ਼ਮ ਸਿੰਘ ਹੈ ਜੀ, ਮੈਂ DTF ਤੋਂ ਜ਼ਿਲ੍ਹਾ ਪ੍ਰਧਾਨ। ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਸਰਕਾਰ ਨੂੰ DC ਬਠਿੰਡਾ DC ਰਾਹੀਂ ਮੰਗ ਪੱਤਰ ਦੇ ਰਹੇ ਹਾਂ। ਇਹ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਮਸਲੇ ਆ। ਅੱਜ ਚੋਣਾਂ ਦਾ ਦੌਰ ਚੱਲ ਰਿਹਾ, ਪੰਜਾਬ ਦੀਆਂ ਤੇ ਹਿੰਦੁਸਤਾਨ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਮਸਲਿਆਂ ਤੋਂ ਬੇਮੁੱਖ ਹੋ ਚੁੱਕੀਆਂ। ਉਹਨਾਂ ਲਈ ਲੋਕਾਂ ਦੇ ਕੋਈ ਮਸਲੇ ਨਹੀਂ, ਉਹ ਜਾਤਾਂ ਤੇ ਧਰਮਾਂ ਦੇ ਨਾਂ ਤੇ, ਕੋਈ ਜਮਹੂਰੀਅਤ ਨੂੰ ਖਤਮ ਕਰਨ ਦੇ ਨਾਂ ਤੇ ਕੋਈ ਜਮਹੂਰੀਅਤ ਨੂੰ ਬਚਾਉਣ ਦੇ ਨਾਂ ਤੇ ਵੋਟਾਂ ਮੰਗ ਰਿਹਾ। ਅਸਲੀਅਤ ਦੇ ਵਿੱਚ ਜਮਹੂਰੀਅਤ ਇੱਥੇ ਨਹੀਂ, ਨਾ ਅੱਜ ਸੀ ਨਾ ਕੱਲ੍ਹ ਆ। ਇੱਥੇ ਲੋਕਾਂ ਦੀ ਪੁੱਗਣੀ ਤਾਂ ਜੇ ਲੋਕ ਆਪਦੇ ਸੰਘਰਸ਼ ਨੂੰ ਤਕੜੇ ਕਰਨਗੇ। ਅਸੀਂ ਅੱਜ ਚੋਣਾਂ ਦੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ, ਜਿਵੇਂ ਪੁਰਾਣੀ ਪੈਨਸ਼ਨਾਂ ਜਿਹੜੀ ਬਹਾਲ ਕੀਤੀ ਜਾਵੇ। ਇਹ ਕੇਂਦਰ ਦੀ ਸਰਕਾਰ ਬਿਲਕੁਲ ਮੁਨਕਰ ਹੋਈ ਹੈ, BJP ਸਰਕਾਰ। ਪੰਜਾਬ ਗਵਰਨਮੈਂਟ ਨੇ 2022 ਦੇ ਵਿੱਚ ਵਾਅਦਾ ਕਰਕੇ ਆਏ ਸੀ ਕਿ ਅਸੀਂ ਪਹਿਲੀ ਕੈਬਨਿਟ 'ਚ ਉਹ ਫੀਸ ਲਾਗੂ ਕਰਾਂਗੇ, ਪਰ ਬਿਲਕੁਲ ਮੁੱਕਰ ਚੁੱਕੀ ਆ। ਇਵੇਂ 37 ਤਰ੍ਹਾਂ ਦੇ ਭੱਤੇ ਅਧਿਆਪਕਾਂ ਦੇ ਮੁਲਾਜ਼ਮਾਂ ਦੇ ਕੱਟੇ ਹੋਏ ਆ, ਅਤੇ ਜਿਹੜੀ ਨਵੀਂ ਭਰਤੀ ਆ ਉਹ ਕੇਂਦਰੀ ਪੇ ਗ੍ਰੇਡਾਂ 'ਤੇ ਕੀਤੀ ਜਾ ਰਹੀ ਹੈ, ਜਿਹੜੇ ਕਿ ਬਹੁਤ ਨਿਗੂਣੇ ਪੇ ਗ੍ਰੇਡ ਆ। ਇਸ ਕਰਕੇ ਇਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਅੱਜ DC ਸਾਹਿਬ ਨੂੰ ਮੰਗ ਪੱਤਰ ਦੇਣ ਆਏ। ਰਣਨੀਤੀ ਕੀ ਰਹੂ 24 ਦੀ ਇਲੈਕਸ਼ਨ ਨੂੰ ਲੈ ਕੇ? 24 ਦੀ ਰਣਨੀਤੀ ਨੂੰ ਇਲੈਕਸ਼ਨ ਨੂੰ ਅਸੀਂ ਵੇਖੋ ਕੋਈ ਚੋਣਾਂ ਦਾ ਬਾਈਕਾਟ ਦਾ ਸੱਦਾ। ਅਸੀਂ ਜਥੇਬੰਦੀ ਵੱਲੋਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ 1992 ਤੋਂ ਬਾਅਦ ਜਦੋਂ ਦੀ ਹਾਕਮ ਜਮਾਤਾਂ ਨੇ ਡਾਇਰੈਕਸ਼ਨ ਬਿਲਕੁਲ ਤੈਅ ਕਰ ਲਈ ਕਿ ਪਬਲਿਕ ਸੈਕਟਰ ਯੂਨਿਟ ਜਿਹੜੇ ਉਹ ਖਤਮ ਕਰਨੇ ਆ, ਉਸ ਤੋਂ ਬਾਅਦ ਕੈਬਨਿਟ ਦੇ ਵਿਧਾਨ ਸਭਾਵਾਂ ਦੇ ਉਹ ਕਿਹੜੇ ਫੈਸਲੇ ਆ ਜਿਹੜੇ ਲੋਕਾਂ ਦੇ ਹੱਕ 'ਚ ਆਏ ਆ? ਇਸ ਕਰਕੇ ਇਹਨਾਂ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਸੰਸਥਾਵਾਂ ਦੇ ਉੱਤੋਂ ਝਾਕ ਛੱਡ ਕੇ ਲੋਕ ਆਪਦੀਆਂ ਜਥੇਬੰਦੀਆਂ ਤਕੜੀਆਂ ਕਰਨ, ਲੋਕ ਆਪਦੇ ਸੰਘਰਸ਼ ਮੰਗਾਉਣ, ਇਹਦੇ ਨਾਲ ਹੀ ਲੋਕਾਂ ਦੇ ਮਸਲੇ ਹੱਲ ਹੋਣ। ਰਣਨੀਤੀ ਕੀ ਹੈ ਤੁਹਾਡੀ ਜਿਸ ਤਰ੍ਹਾਂ ਹੁਣ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ? ਅਸੀਂ 26 ਮਈ ਨੂੰ ਵੱਡਾ 19 ਜਥੇਬੰਦੀਆਂ ਵੱਲੋਂ, ਜਿਹਦੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮ ਸਾਰੇ ਆ, ਬਿਜਲੀ ਬੋਰਡ ਦੀਆਂ ਜਥੇਬੰਦੀਆਂ, ਅਸੀਂ ਅਧਿਆਪਕਾਂ ਵੱਲੋਂ DTF ਜਥੇਬੰਦੀ ਸ਼ਾਮਿਲ ਆ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਸ਼ਾਮਿਲ ਆ, ਨੌਜਵਾਨਾਂ ਦੀਆਂ। 19 ਤਰੀਕ ਨੂੰ ਅਸੀਂ ਬਰਨਾਲਾ ਦੇ ਵਿੱਚ ਲੋਕ 26 ਮਈ ਨੂੰ ਅਸੀਂ ਬਰਨਾਲਾ ਵਿਖੇ ਲੋਕ ਸੰਗਰਾਮ ਰੈਲੀ ਆ ਜਿਹੜੀ ਲੱਖਾਂ ਦਾ ਉੱਥੇ ਇਕੱਠ ਕਰਨ ਜਾ ਰਹੇ ਹਾਂ। ਅਸੀਂ ਲੋਕਾਂ ਨੂੰ ਦੱਸਣ ਜਾ ਰਹੇ ਹਾਂ ਕਿ ਉਹਨਾਂ ਦੇ ਚੋਣ ਘੜਮਸ 'ਚ ਸ਼ਾਮਿਲ ਹੋਣ ਦੀ ਬਜਾਏ ਆਓ, ਆਪਣੀਆਂ ਜਿਹੜੀਆਂ ਜਥੇਬੰਦਕ ਤਾਕਤ ਆ ਉਹਨੂੰ ਵਧਾਰਾ ਕਰੀਏ ਅਤੇ ਆਪਣੀਆਂ ਮੰਗਾਂ ਜਥੇਬੰਦੀ ਰਾਹੀਂ ਹੱਲ ਕਰਵਾਈਏ। ਧੰਨਵਾਦ।